ਕੋਰੋਨਾ ਦੀ ਦਹਿਸ਼ਤ ਦੌਰਾਨ ਕਈ ਲੋਕ ਝੂਠੀਆਂ ਅਫਵਾਹਾਂ ਫੈਲਾਉਣ 'ਚ ਕਸਰ ਨਹੀਂ ਛੱਡਦੇ ਤੇ ਕੋਰੋਨਾ ਤੋਂ ਡਰੇ ਲੋਕਾਂ ਨੂੰ ਹੋਰ ਡਰਾਉਣ ਦੀ ਕੋਸ਼ਿਸ਼ ਕਰਦੇ ਨੇ। ਅਜਿਹੀਆਂ ਅਫਵਾਹਾਂ ਨਾਲ ਲੋਕਾਂ 'ਚ ਤਾਂ ਦਹਿਸ਼ਤ ਫੈਲਦੀ ਹੀ ਹੈ, ਨਾਲ ਨਾਲ ਪ੍ਰਸ਼ਾਸਨ ਨੂੰ ਵੀ ਉਹਨਾਂ ਕੋਰੋਨਾ ਪੀੜਤਾਂ ਨੂੰ ਲੱਭਣ ਲਈ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਜਿਨ੍ਹਾਂ ਬਾਰੇ ਸ਼ਰਾਰਤੀ ਅਨਸਰ ਝੂਠੀਆਂ ਅਫਵਾਹਾਂ ਫੈਲਾਉਂਦੇ ਨੇ। ਅਜਿਹਾ ਹੀ ਝੂਠੀ ਅਫਵਾਹ ਫੈਲਾਉਣ ਦਾ ਮਾਮਲਾ ਚਮਕੌਰ ਸਾਹਿਬ ਨੇੜਲੇ ਪਿੰਡ ਸੰਧੂਆਂ ਤੋਂ ਸਾਹਮਣੇ ਆਇਆ ਹੈ, ਜਿੱਥੋਂ ਦੇ ਸਰਪੰਚ ਦੇ ਭਤੀਜੇ ਤਰਸੇਮ ਸਿੰਘ ਵੱਲੋਂ ਪਿੰਡ ਦੀ NRI ਔਰਤ ਅਤੇ ਨੇੜਲੇ ਪਿੰਡ ਦੇ ਪ੍ਰਵਾਸੀ ਮਜ਼ਦੂਰ ਨੂੰ ਕੋਰੋਨਾ ਵਾਇਰਸ ਹੋਣ ਦੀ ਅਫਵਾਹ ਫੈਲਾਈ ਸੀ, ਜਿਸ ਦੇ ਬਾਅਦ ਪੁਲਿਸ ਪ੍ਰਸ਼ਾਸਨ ਅਫਵਾਹ ਫੈਲਾਉਣ ਵਾਲੇ ਤੱਕ ਪਹੁੰਚ ਗਿਆ। ਪਹਿਲਾਂ ਤੁਸੀਂ ਝੂਠੀ ਅਫਵਾਹ ਫੈਲਾਉਣ ਦੀ ਇਹ ਆਡੀਓ ਸੁਣੋ, ਫਿਰ ਅੱਗੇ ਦੱਸਦਿਆਂ ਕਿ ਅਫਵਾਹ ਫੈਲਾਉਣ ਵਾਲੇ ਨਾਲ ਪੁਲਿਸ ਨੇ ਕੀ ਕੀਤਾ। ਕਨਫਰਮ ਹੈ ਜੀ, ਬਿਲਕੁਲ 100% ਮੇਰਾ ਪਿੰਡ ਸੰਧੂ ਹੀ ਹੈ ਤੇ ਕਨਫਰਮ ਹੈ ਇਹ। ਉਹ ਸਾਡੇ ਨਾ ਪਿੰਡ ਬਲਵਿੰਦਰ ਸਿੰਘ ਆੜਤੀ ਤੇ ਕੈਨੇਡਾ ਤੋਂ ਆਏ ਤੇ ਉਹਨਾਂ ਦੀ ਨੂੰਹ ਆਈ ਸੀ ਬਾਅਦ ਚੋਂ ਭੋਗ ਵਾਲੇ ਦਿਨ, ਉਹ ਨੂੰਹ ਪੋਜ਼ਿਟਿਵ ਆਈ ਉਹਨਾਂ ਦੀ ਤੇ ਸੈਦਪੁਰ ਭਈਆ ਪੋਜ਼ਿਟਿਵ ਆਇਆ, ਦੋਵੇਂ ਪਿੰਡ ਸੀਲ ਕਰਤੇ, ਪੁਲਿਸ ਹੋਈ ਵੀ ਹੈ। ਮੇਰੀ ਭਾਬੀ ਨੇ ਭੇਜਿਆ ਹੁਣੇ, ਆਪਾਂ ਪਿੰਡ ਦੇ ਸਰਪੰਚ ਆ ਨਾ ਸੰਧੂਆਂ ਦੇ, ਚਾਚਾ ਸਰਪੰਚ ਹੈ ਸਾਡਾ ਪਿੰਡ ਦਾ, ਹੁਣੇ ਜਸਟ ਹਲੇ ਇਹ 20 ਮਿੰਟ ਪਹਿਲਾਂ ਦੀ ਉਹ ਗੱਲ। ਅਫਵਾਹ ਦੀ ਆਡੀਓ ਟਰੇਸ ਕਰਨ ਤੋਂ ਬਾਅਦ ਸਥਾਨਕ DSP ਸੁਖਜੀਤ ਸਿੰਘ ਬਿਰਕ ਪਿੰਡ ਸੰਧੂਆਂ ਦੇ ਤਰਸੇਮ ਸਿੰਘ ਕੋਲ ਪਹੁੰਚ ਗਏ, ਜਿਸ ਨੇ ਅਫਵਾਹ ਫੈਲਾਈ ਸੀ। ਪੁਲਿਸ ਦੀ ਹਾਜ਼ਰੀ 'ਚ ਤਰਸੇਮ ਸਿੰਘ ਨੇ ਕਿਵੇਂ ਹੱਥ ਜੋੜ ਜੋੜ ਕੇ ਮੁਆਫ਼ੀ ਮੰਗੀ ਤੇ ਮਾਮਲੇ ਤੇ DSP ਸੁਖਜੀਤ ਸਿੰਘ ਦਾ ਕੀ ਕਹਿਣਾ ਹੈ, ਤੁਸੀਂ ਉਹ ਵੀ ਸੁਣ ਲਓ। ਸਭ ਨੂੰ ਪਤਾ ਕਿ ਪੰਜਾਬ ਦੇ ਵਿੱਚ ਬੜੀ ਜਿਹੜੀ ਪੰਜਾਬ ਦੇ ਵਿੱਚ ਨਹੀਂ ਸਾਰੇ ਵਰਲਡ ਦੇ ਵਿੱਚ ਹੀ ਬੜੀ ਭਿਆਨਕ ਬਿਮਾਰੀ ਜਿਹੜੀ ਹੈਗੀ ਕਰੋਨਾ, ਉਹਨੇ ਪੈਰ ਪਸਾਰੇ ਹੋਏ ਨੇ ਔਰ ਬੜਾ ਖਤਰਾ ਇਸ ਤੋਂ ਬਣਿਆ ਹੋਇਆ। ਪਰ ਇਹਦੇ ਸੰਬੰਧ ਦੇ ਵਿੱਚ ਕਈ ਲੋਕ ਹੈਗੇ ਨੇ ਜਿਹੜੇ ਬਿਨਾਂ ਵਜ੍ਹਾ ਹੀ ਕੁਛ ਆਪਣੇ ਆਪ ਨੂੰ ਥੋੜ੍ਹਾ ਜਿਹਾ ਪ੍ਰਸਿੱਧ ਕਰਨ ਵਾਸਤੇ ਕੋਈ ਫੇਕ ਨਿਊਜ਼ ਜਿਹੜੀਆਂ ਹੈਗੀਆਂ ਨੇ ਉਹ ਵੀਡੀਓ ਬਣਾ ਕੇ ਵਟਸਐਪ 'ਤੇ ਜਾਂ ਫੇਸਬੁੱਕ 'ਤੇ ਅਪਲੋਡ ਕਰ ਰਹੇ ਨੇ, ਜਿਨ੍ਹਾਂ ਨਾਲ ਕਿ ਆਮ ਲੋਕ ਜਿਹੜੇ ਸੁਣ ਕੇ ਕਾਫੀ ਭੈਭੀਤ ਹੁੰਦੇ ਨੇ ਅਤੇ ਡਰ ਦਾ ਮਾਹੌਲ ਪੈਦਾ ਹੁੰਦਾ ਜੋ ਕਿ ਵਾਜਬ ਨਹੀਂ ਹੈ। ਅਜਿਹਾ ਹੀ ਵਿਅਕਤੀ ਇੱਕ ਹੈਗਾ ਜਿਹਨੂੰ ਅਸੀਂ ਟਰੇਸ ਕੀਤਾ, ਜਿਹਨੇ ਇੱਕ ਵੀਡੀਓ ਇਸੇ ਤਰੀਕੇ ਦੀ ਬਣਾ ਕੇ ਅਪਲੋਡ ਕੀਤੀ ਸੀਗੀ ਔਰ ਜੋ ਕਿ ਬਿਲਕੁਲ ਹੀ ਬਿਨਾਂ ਸਿਰ ਪੈਰ ਤੋਂ ਸੀਗੀ, ਜਿਹਦੀ ਕਿ ਸਾਡੇ ਵੱਲੋਂ ਪਹਿਲਾਂ ਪੁਸ਼ਟੀ ਵੀ ਨਹੀਂ ਸੀ ਕੀਤੀ ਹੋਈ। ਔਰ ਇਹਦੇ ਸੰਬੰਧ ਦੇ ਵਿੱਚ ਆਪਣੇ ਆਪ ਹੀ ਦੱਸੇਗਾ ਔਰ ਇਹਦੇ ਸੰਬੰਧ ਜੋ ਵੀ ਕਹਿਣਾ ਚਾਹੁੰਦਾ, ਜੋ ਮਾਫ਼ੀ ਮੰਗਣਾ ਚਾਹੁੰਦਾ ਉਹ ਆਪਣੇ ਆਪ ਹੀ ਗੱਲ ਕਰੇਗਾ ਤੁਹਾਡੇ ਨਾਲ। ਔਰ ਮੈਂ ਰਿਕੁਐਸਟ ਕਰਾਂਗਾ ਕਿ ਇਹਨੂੰ ਧਿਆਨ ਨਾਲ ਸੁਣਿਆ ਜਾਵੇ ਔਰ ਕੋਈ ਗਲਤ ਵੀਡੀਓ ਬਣਾ ਕੇ ਨਾ ਕੀਤੀ ਹੈਗਾ। ਸਤਿ ਸ਼੍ਰੀ ਅਕਾਲ ਜੀ, ਮੈਂ ਤਰਸੇਮ ਸਿੰਘ ਪਿੰਡ ਸੰਧੂਆਂ ਅਤੇ ਫਾਦਰ ਸਾਹਿਬ ਦਾ ਨਾਮ ਜਸਵੰਤ ਸਿੰਘ, ਅਤੇ ਮੈਂ ਜੋ ਕੱਲ੍ਹ ਕਲਿੱਪ ਇੱਕ ਵਾਇਰਲ ਹੋਇਆ ਸੀ ਉਹ ਮੇਰੀ ਹੀ ਵੋਇਸ ਸੀ ਉਹ, ਅਤੇ ਉਹ ਮੈਂ ਕਿਸੇ ਨਾਲ ਗੱਲ ਕਰਦਾ ਸੀ, ਉਹ ਅੱਗੇ ਕਿਸੇ ਨੇ ਰਿਕਾਰਡ ਕਰਕੇ ਉਹ ਕਲਿੱਪ ਨੂੰ ਵਾਇਰਲ ਕੀਤਾ, ਜੋ ਕਿ ਬਹੁਤ ਗਲਤ ਸੀ। ਸਭ ਤੋਂ ਪਹਿਲੀ ਗੱਲ ਤਾਂ ਮੇਰੀ ਸੀ ਕਿ ਮੈਂ ਇੱਦਾਂ ਦੀ ਗੱਲ ਕੀਤੀ ਬਿਨਾਂ ਪ੍ਰਸ਼ਾਸਨ ਦੀ ਪੁੱਛੇ ਵੀ ਇੱਦਾਂ ਦੀ ਕੋਈ ਗੱਲ ਹੈ ਕਿ ਨਹੀਂ ਹੈ, ਅਤੇ ਉਸ ਗੱਲ ਲਈ ਤੁਹਾਨੂੰ ਬਹੁਤ ਜ਼ਿਆਦਾ ਸ਼ਰਮਿੰਦਾ। ਪਰ ਸਭ ਤੋਂ ਜ਼ਿਆਦਾ ਮੈਨੂੰ ਦੁੱਖ ਇਸ ਗੱਲ ਦਾ ਕਿ ਮੇਰੀ ਇਸ ਛੋਟੀ ਜਿਹੀ ਇੱਕ ਗਲਤੀ ਕਰਕੇ ਜੋ ਕਿ ਬਹੁਤ ਵੱਡੀ ਹੋ ਗਈ, ਉਹਦੇ ਲਈ ਪ੍ਰਸ਼ਾਸਨ, ਪੂਰਾ ਪੁਲਿਸ ਪ੍ਰਸ਼ਾਸਨ ਬਹੁਤ ਹੀ ਜ਼ਿਆਦਾ ਜਵਾਬਦੇਹੀ ਹੈ। ਉਹ ਸਾਰੀ ਰਾਤ ਪਰੇਸ਼ਾਨ ਰਹੇ ਅਤੇ ਬਾਕੀ ਆਮ ਪ੍ਰਸ਼ਾਸਨ ਵੀ ਇੰਨਾ ਤੰਗ ਰਿਹਾ ਕਿ ਮੈਂ ਦੱਸ ਨਹੀਂ ਸਕਦਾ। ਬਸ ਮੇਰੇ ਕੋਲ ਇੰਨਾ ਹੀ ਕਹਿਣ ਲਈ ਹੈ ਕਿ ਮੈਂ ਮੇਰੇ ਤੋਂ ਬਹੁਤ ਵੱਡੀ ਗਲਤੀ ਹੋਈ ਹੈ, ਮੈਂ ਆਪਣੀ ਇਸ ਗਲਤੀ ਲਈ ਤੁਹਾਡੇ ਸਭ ਤੋਂ ਮਾਫ਼ੀ ਮੰਗਦਾ ਅਤੇ ਮੈਂ ਸਭ ਨੂੰ ਇੱਕ ਬਹੁਤ ਹੰਬਲ ਉਹਦੇ ਨਾਲ ਕਹਿਣਾ ਚਾਹੁੰਦਾ ਕਿ ਇੱਦਾਂ ਦੀ ਕੋਈ ਵੀ ਨਿਊਜ਼ ਜੋ ਤੁਸੀਂ ਸੁਣਦੇ ਹੋ ਪ੍ਰਸ਼ਾਸਨ ਨਾਲ ਕਲੀਅਰ ਕਰੋ, ਜੋ ਤੁਹਾਨੂੰ ਲੱਗਦਾ ਵੀ ਹਾਂ ਹੈ ਤਾਂ ਅੱਗੇ ਫਾਰਵਰਡ ਕਰੋ, ਬਿਲਕੁਲ ਨਾ ਕਰੋ। ਇਹ ਬਹੁਤ ਗਲਤ ਹੈ ਜੋ ਇਹ ਸਮਾਂ ਚੱਲਦਾ, ਜੋ ਇਹ ਚੱਲ ਰਿਹਾ ਬਹੁਤ ਡੇਂਜਰਸ ਹੈ। ਮੈਂ ਸ਼ਾਇਦ ਇਸ ਚੀਜ਼ ਨੂੰ ਬਿਨਾਂ ਸੋਚੇ ਸਮਝੇ ਇੱਕ ਪੋਸਟ ਵਾਇਰਲ ਹੋਈ, ਉਹ ਇੱਥੇ ਤੱਕ ਅੱਜ ਪਹੁੰਚਿਆ। ਬਟ ਮੈਂ ਫਿਰ ਵੀ ਮੈਂ ਧੰਨਵਾਦ ਕਰਦਾ ਡਿਪਟੀ ਸਾਹਿਬ ਦਾ ਵੀ ਜਿਨ੍ਹਾਂ ਨੇ ਮੇਰੀ ਗੱਲ ਮੰਨੀ, ਜਿਨ੍ਹਾਂ ਨੂੰ ਮੈਂ ਉਰੇ ਆ ਕੇ ਆਪਣੀ ਸਾਰੀ ਗੱਲ ਦੱਸੀ ਕਿ ਮੇਰੇ ਤੋਂ ਇੱਕ ਗਲਤੀ ਹੋਈ ਹੈ, ਉਹਨਾਂ ਨੇ ਮੇਰੀ ਇਸ ਗਲਤੀ ਲਈ ਮੈਨੂੰ ਮਾਫ਼ ਕਰਿਆ। ਬਟ ਇਹ ਮੈਂ ਫਿਰ ਵੀ ਸੁਨੇਹਾ ਲਾਉਂਦਾ ਸਾਰੇ ਹੀ ਪੂਰੇ ਪੰਜਾਬ, ਪੂਰੇ ਇੰਡੀਆ ਨੂੰ, ਇੱਦਾਂ ਦੀ ਕੋਈ ਵੀ ਚੀਜ਼ ਤੁਸੀਂ ਨਾ ਸੈਂਡ ਕਰੋ ਜੋ ਕਿ ਖਤਰਨਾਕ ਹੋਵੇ, ਅਤੇ ਮੈਂ ਇੱਕ ਵਾਰ ਫਿਰ ਇਸ ਗੱਲ ਲਈ ਬਹੁਤ ਸ਼ਰਮਿੰਦਾ ਅਤੇ ਮਾਫ਼ੀ ਚਾਹੁੰਦਾ, ਮੈਨੂੰ ਮਾਫ਼ ਕੀਤਾ ਜਾਵੇ। ਇਹ ਵੀਡੀਓ ਪਿੰਡ ਸੈਦਪੁਰ ਅਤੇ ਸੰਧੂਆਂ ਦੇ ਸੰਬੰਧ ਵਿੱਚ ਸੀਗੀ, ਜੋ ਕਿ ਪਿੰਡ ਚਮਕੌਰ ਸਾਹਿਬ ਨਾਲ ਸੰਬੰਧਿਤ ਨੇ, ਪਿੰਡ ਸੈਦਪੁਰ ਸੰਧੂਆਂ, ਜਦੋਂ ਕਿ ਉੱਥੇ ਕੋਈ ਅਜਿਹੀ ਗੱਲ ਨਹੀਂ ਹੈਗੀ, ਗਲਤ ਵੀਡੀਓ ਨੇ ਅਪਲੋਡ ਕੀਤੀ ਸੀਗੀ। ਔਰ ਮੈਂ ਦੁਬਾਰਾ ਫਿਰ ਅਪੀਲ ਕਰਦਾ ਸਭ ਲੋਕਾਂ ਨੂੰ
ਇਹ ਗਲਤ ਅਫਵਾਹ ਕਿਸੇ ਵੀ ਕਿਸਮ ਦੀ ਨਾ ਫੈਲਾਈ ਜਾਵੇ, ਲੋਕਾਂ ਨੂੰ ਆਰਾਮ ਚੈਨ ਨਾਲ ਰਹਿਣ ਦਿੱਤਾ ਜਾਵੇ, ਔਰ ਲੋਕਾਂ ਨੂੰ ਬੇਨਤੀ ਕਰਦਾ ਕਿ ਆਪਣੇ ਘਰਾਂ ਵਿੱਚ ਰਹੋ, ਮਿਹਰਬਾਨੀ ਕਰਕੇ ਬਾਹਰ ਨਾ ਆਓ, ਸਾਨੂੰ ਸਹਿਯੋਗ ਦਿਓ, ਥੈਂਕ ਯੂ। ਅਜਿਹੇ 'ਚ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਅਜਿਹੀਆਂ ਝੂਠੀਆਂ ਅਫਵਾਹਾਂ 'ਤੇ ਯਕੀਨ ਨਾ ਕਰਨ ਅਤੇ ਅਫਵਾਹ ਫੈਲਾਉਣ ਵਾਲੇ ਦੀ ਜਾਣਕਾਰੀ ਤੁਰੰਤ ਪੁਲਿਸ ਪ੍ਰਸ਼ਾਸਨ ਨੂੰ ਦੇਣ, ਤਾਂ ਜੋ ਕੋਰੋਨੇ ਦੀ ਦਹਿਸ਼ਤ ਕਾਰਨ ਡਰੇ ਲੋਕਾਂ ਨੂੰ ਹੌਸਲਾ ਮਿਲੇ ਅਤੇ ਲੋਕਾਂ ਨੂੰ ਕੋਰੋਨੇ ਤੋਂ ਬਚਣ ਲਈ ਸਾਵਧਾਨ ਕੀਤਾ ਜਾ ਸਕੇ। ਹਕੀਕਤ ਟੀਵੀ ਪੰਜਾਬੀ ਲਈ ਰੂਪਨਗਰ ਤੋਂ ਜਤਿੰਦਰਪਾਲ ਸਿੰਘ ਕਲੇਰ ਦੀ ਰਿਪੋਰਟ।